ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਵੱਡਾ ਉਲਟਫੇਰ ਹੋਇਆ ਹੈ। ਬਾਕੀ ਹੋਏ ਇੱਕਨਾਥ ਸ਼ੰਦੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ ਜਦਕਿ ਸਾਬਕਾ ਮੁੱਖ ਮੰਤਰੀ ਦਿਵਿੰਦਰ ਫੜਨਵੀਸ ਨੇ ਡਿਪਟੀ ਸੀਐਮ ਦੀ ਕਮਾਂਡ ਸੰਭੀ ਹੈ। ਹਾਲਾਂਕਿ ਫੜਨਵੀਸ ਨੂੰ ਪਹਿਲਾਂ ਮੁੱਖ ਮੰਤਰੀਅਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਕਿਉਂਕਿ ਬੀਜੇਪੀ ਦੇ ਕੋਲ ਅੰਕੜੇ ਜ਼ਿਆਦਾ ਨੇ। ਪਹਿਲਾ ਫਰਨਵੀਸ ਨੇ ਕਿਹਾ ਸੀ ਕਿ ਉਹ ਇਸ ਸਰਕਾਰ ਦਾ ਹਿੱਸਾ ਨਹੀਂ ਹੋਣਗੇ ਹਾਲਕੀ ਬਾਅਦ ਚ ਹਾਈ ਕਮਾਂਡ ਦੇ ਦਬਾਅ ਹੇਠ ਉਹਨਾਂ ਨੇ ਡਿਪੀ ਸੀਐਮ ਦਾ ਅਹੁਦਾ ਸਵੀਕਾਰ ਕਰ ਲਿਆ ਸੋਚਕ ਸਮਾਗਮ ਦੇ ਵਿੱਚ ਵੀ ਪਹਿਲਾਂ ਸਿਰਫ ਦੋ ਕੁਰਸੀਆਂ ਹੀ ਲੱਗੀਆਂ ਸਨ ਇੱਕ ਕੁਰਸੀ ਇੱਕ ਨਾਚ ਛੰਦੇ ਦੀ ਹੈ ਤੇ ਇੱਕ ਰਾਜਪਾਲ ਦੇ ਲਈ ਸੋਚਕਣ ਤੋਂ ਕੁਝ ਸਮਾਂ ਪਹਿਲਾਂ ਹੀ ਤੀਜੀ ਕੁਰਸੀ ਦਿਵਿੰਦਰ ਫਰਨਵੀਸ ਦੇ ਲਈ ਲਗਾਈ ਗਈ